ਤੇ ਸਹੀ ਰਤੇ ਸਹੀ ਜੇ ਮੁਖ ਨਾ ਹੋਵੇ ਝੜ ਝੜ ਪਵਦੇ ਕੱਚੇ ਬਿਰਹੀ
Oh, no.
ਕੁਛ ਨਹੀਂ ਸਤੂ ਦਾ
ਦਾ ਹੀ ਸ਼ਬਦ ਹੁਣ ਕਹਿੰਦੇ ਨੇ ਰਾਜ ਨਾ ਭਾਗ ਨਾ ਹੁਕਮ ਨਾ ਸਾਧ ਨਾ ਕਿਛ ਕਿਛ ਨਾ ਚਾਹੇ ਰਾਜ ਕਿਨੂੰ ਨਹੀਂ ਚੰਗਾ ਲੱਗਦਾ ਦੀ ਸੰਪਤਾ ਸੁੱਖਾਂ ਦਾ ਸਮਾਰ ਭਾਗ ਕਿਨੂੰ ਵੀ ਚੰਗਾ ਲੱਗਦਾ ਚੰਗੀ ਵੱਡੀ ਪਦਵੀ ਤੇ ਬੈਠ ਕੇ ਕਿੰਦਾ ਹੁਕਮ ਚੱਲਦਾ ਹੋਵੇ ਹਰ ਕੋਈ ਉਹਦੇ ਹੁਕਮ ਅੱਗੇ ਸਿਰ ਚੁਕਾਏ ਉਹਦਾ ਹੁਕਮ ਮੰਨਣ ਲਈ ਮਜਬੂਰ ਹੋ ਜਾਏ ਐਸੇ ਅਖਤਿਆਰਾਂ ਐਸੀ ਪਦਵੀ ਐਸੇ ਅਧਿਕਾਰ ਕਿੰਨੂੰ ਨਹੀਂ ਚੰਗੇ ਲੱਗਦੇ ਚੰਗੇ ਚੰਗੇ ਰਸ ਭੋਗਣ ਲਈ ਮਿਲਣ ਕਿੰਨੂੰ ਨਹੀਂ ਚੰਗੇ ਲੱਗਦੇ ਪਰ ਗੁਰੂ ਕਹਿੰਦੇ ਨੇ ਰਾਜ ਨਾ ਭਾਗ ਨਾ ਹੁਕਮ ਨਾ ਸਾਧ ਨਾ ਕਿਛ ਕਿਛ ਨਾ ਚਾਹੇ ਦੂਸਰੇ ਸ਼ਬਦ ਵਿੱਚ ਵੀ ਇੱਕ ਗੱਲ ਆਖੀ ਉਹਨੇ ਕਹਿਣ ਲੱਗੇ ਕਣਕ ਮੰਦਰ ਪਾਠ ਸੇਜ ਸਖੀ ਮੋਹ ਨਾਹੀ ਇਨ ਸਿਉ ਤਾਤ ਸੋਨੇ ਦੇ ਮਹੱਲ ਮੈਨੂੰ ਕੋਈ ਬਣਾ ਕੇ ਦੇ ਦੇ ਸੇਜ ਰੇਸ਼ਮ ਦੇ ਬਿਸਤਰ ਹੋਣ ਮੈਨੂੰ ਇਹਨਾਂ ਨਾਲ ਕੋਈ ਖੁਸ਼ੀ ਨਹੀਂ ਮਿਲਦੀ ਸੁੱਖ ਨਹੀਂ ਮਿਲਦਾ ਕਣਕ ਮੰਦਰ ਕਾਟ ਸੇਜ ਸਖੀ ਮੁੜ ਨਾਹੀਂ ਸਿਉਂ ਤਾਤ ਤੇ ਦੂਜੇ ਪਾਸੇ ਮੈਨੂੰ ਆਪਣੇ ਪ੍ਰੀਤਮ ਨਾਲ ਜੁੜ ਕੇ ਰਹਿਣ ਦਾ ਜੀਵਨ ਮਿਲੇ ਤੇ ਉੱਥੇ ਮੈਨੂੰ ਬੇਸ਼ੱਕ ਰੋਟੀ ਵੀ ਰੁੱਖੀ ਮਿਲ ਜਾਏ ਰੋਟੀ ਵੀ ਰੁੱਖੀ ਮਿਲ ਜਾਏ ਉੱਧਰ ਪਾਠ ਸਹਿਜ ਨੇ ਇੱਥੇ ਬੇਸ਼ੱਕ ਮੈਨੂੰ ਜ਼ਮੀਨ ਤੇ ਸੌਣਾ ਪੈ ਜਾਏ ਕਹਿੰਦੇ ਕਣਕ ਮੰਦਰ ਪਾਠ ਸਹਿਜ ਸਖੀ ਮੋਹ ਨਾਹੀਂ ਇਨ ਸਿਉ ਤਾਤ ਦੂਜੇ ਪਾਸੇ ਕਹਿੰਦੇ ਨੇ ਰੁੱਖੋ ਭੋਜਨ ਭੂਮ ਸੈਨ ਸਖੀ ਪ੍ਰਿਆ ਸੰਗ ਸੁਖ ਪਿਆਤ ਸੋਚਣਾ ਗੁਰਬਾਣੀ ਹੈ ਇੱਕ ਖਿਆਲ ਕਰਿਓ ਉਸੇ ਜੀਵਨ ਅੰਦਰ ਗੁਰਬਾਣੀ ਵਿੱਚੋਂ ਵੀ ਆਪਣੀ ਮਰਜ਼ੀ ਦੇ ਫੈਸਲੇ ਢੂੰਡਣੇ ਆ ਮੈਨੂੰ ਇੱਕ ਲਫ਼ਜ਼ ਬਾਣੀ ਦਾ ਹੀ ਕਹਿਣ ਲੱਗਿਆ ਸੰਕੋਚ ਆਉਣ ਕਿਉਂਕਿ ਹਜ਼ਮ ਨਹੀਂ ਨਾ ਹੁੰਦਾ ਸੱਚ ਹਜ਼ਮ ਨਹੀਂ ਹੁੰਦਾ ਕੌੜਾ ਲੱਗਦਾ ਇਸ ਲਈ ਡਰੀਦਾ ਹੈ ਭਾਈ ਗੁਰਦਾਸ ਜੀ
ਤੇ ਤਾਂ ਬੜੀ ਖੂਬਸੂਰਤ ਗੱਲ ਆਖ ਦਿੱਤੀ ਕਿਲ ਕੇ ਸਾਧ ਸੰਗਤ ਗੁਰ ਸ਼ਬਦ ਸੁਣ। ਜੇ ਕੋਈ ਸਾਧ ਸੰਗਤ ਵਿੱਚ ਵੀ ਆਵੇ ਗੁਰੂ ਦਾ ਸ਼ਬਦ ਸੁਣੇ ਵੀ ਪਰ ਉਸ ਸੁਣੇ ਹੋਏ ਸ਼ਬਦ ਦੇ ਮਕਸਦ ਨੂੰ ਉਪਦੇਸ਼ ਨੂੰ ਜੀਵਨ ਵਿੱਚ ਧਾਰਨ ਨਾ ਕਰੇ। ਭਾਈ ਸਾਹਿਬ ਦੇ ਲਫ਼ਜ਼ ਨੇ ਮੇਰੇ ਨੀਚ ਕਹਿੰਦੇ ਨੇ ਸਾਧ ਸੰਗਤ ਗੁਰ ਸ਼ਬਦ ਸੁਣ। ਕਹਿਣ ਲੱਗੇ ਉਪਦੇਸ਼ ਗੁਰੂ ਰਹਿਤ ਨਾ ਰਹਿਤ ਰਹਿੰਦੇ। ਰਹਿਤ ਕਹਿੰਦੇ ਨੇ ਆਪਣੇ ਜੀਵਨ ਵਿੱਚ ਧਾਰਨ ਕਰਨਾ, ਉਹਨੂੰ ਰਹਿਤ ਬਣਾਉਣਾ। ਜਿਹੜੇ ਇਹ ਗੁਰੂ ਦਾ ਉਪਦੇਸ਼ ਸੁਣਦੇ ਵੀ ਨੇ, ਸਾਧ ਸੰਗਤ ਵਿੱਚ ਵੀ ਆਉਂਦੇ ਨੇ, ਪਰ ਆਪਣੇ ਜੀਵਨ ਵਿੱਚ ਧਾਰਨ ਨਹੀਂ ਕਰਦੇ। ਅਗਲੇ ਲਫ਼ਜ਼ ਕਹਿਣ ਲੱਗੇ ਮਸਤਕ ਭਾਗ ਤਿੰਨਾਂ ਦੇ ਮੰਦੇ। ਕੀ ਮੈਂ ਆਖਾਂ, ਕਹਿੰਦੇ ਨੇ ਮੈਨੂੰ ਦੱਸਦਾ ਉਹ ਮੰਦੇ ਭਾਗਵਾਨ ਸਾਧ ਸੰਗਤ ਵਿੱਚ ਆਇਆ ਵੀ, ਗੁਰੂ ਸ਼ਬਦ ਸੁਣਿਆ ਵੀ, ਪਰ ਉਹ ਜੀਵਨ ਦਾ ਹਿੱਸਾ ਨਾ ਬਣਿਆ। ਸਮਾਂ ਪਾਸ ਕੇਵਲ ਕਣ ਰਸ ਬਣ ਕੇ ਰਹਿ ਗਿਆ। ਇਹ ਜੇ ਭਲਾ ਜੀਵਨ ਦਾ ਹਿੱਸਾ ਬਣ ਜਾਏ ਤੇ ਕਿੱਡੀ ਦ੍ਰਿੜਤਾ ਆ ਜਾਏ। ਗੁਰੂ ਇੱਕ ਲਫ਼ਜ਼ ਕਹਿ ਰਿਹਾ, ਕਹਿੰਦਾ ਕਨਕ ਮੰਦਰ ਪਾਠ ਸੇਜ ਸਖੀ ਨਾਏ ਇਨਸ਼ੋਤਾਤ ਅਪਰੋਧ ਪੜਨੇ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾ ਲਈ। ਪਰ ਇੱਕ ਕੌੜੀ ਸੱਚਾਈ ਹਿਰਦੇ ਵਿੱਚ ਝਾਤ ਮਾਰ ਕੇ ਆਪਣੇ ਆਪ ਕੋਲੋਂ ਪੁੱਛੀਏ, ਭਲਾ ਜੇ ਇਹਨਾਂ ਚੀਜ਼ਾਂ ਵਿੱਚੋਂ ਅਸੀਂ ਕੋਈ ਚੋਣ ਕਰਨੀ ਹੋਵੇ, ਸਾਡੇ ਸਾਹਮਣੇ ਕੋਈ ਰਾਜ ਸਿੰਘਾਸਣ ਰੱਖਦੇ, ਕੋਈ ਮਿਨਿਸਟਰੀ ਰੱਖਦੇ, ਜੇ ਧਰਮੀ ਹੋਵਾਂ ਤੇ ਧਰਮ ਦੇ ਨਾਮ ਤੇ ਕੋਈ ਮੁਕਤੀ ਰੱਖਦੇ, ਪਰ ਅਸੀਂ ਚੋਣ ਕੀ ਕਰਾਂਗੇ? ਗੁਰੂ ਦੀ ਚੋਣ ਹੈ। ਇਹਦਾ ਮਤਲਬ ਅਸੀਂ ਗੁਰੂ ਦੀ ਚੋਣ ਨੂੰ ਵੀ ਨਹੀਂ ਸਮਝ ਰਹੇ। ਚੋਣ ਅਸੀਂ ਆਪਣੀ ਮਰਜ਼ੀ ਨਾਲ ਕਰਨੇ, ਅਸੀਂ ਕਹਿੰਦੇ ਹਾਂ ਨਹੀਂ, ਗੁਰੂ ਦੀ ਗੱਲ ਵੀ ਜੋ ਸਾਨੂੰ ਮੁਆਫਕ ਆਉਂਦੀ ਹੈ ਅਸੀਂ ਫੈਸਲਾ ਕਰਾਂਗੇ ਤੇ ਕਦੋਂ ਕਰਾਂਗੇ, ਪਰ ਉਹਦਾ ਨਤੀਜਾ ਇਹ ਨਿਕਲ ਰਿਹਾ ਹੈ। ਅੱਜ ਲਗਾਤਾਰ ਗੁਰਮਤ ਦੇ ਕੇਂਦਰ, ਗੁਰਮਤ ਦੀਆਂ ਟਕਸਾਲਾਂ, ਗੁਰਮਤ ਦੀਆਂ ਅਕੈਡਮੀਆਂ, ਸਭ ਕੁਛ ਚੱਲਣ ਦੇ ਬਾਵਜੂਦ ਗੁਰਕਿਆਂ ਲਿਟਰੇਚਰ ਦਾ, ਪ੍ਰਚਾਰਕਾਂ ਦਾ ਕੋਈ ਸ਼ੁਮਾਰ ਨਹੀਂ, ਇੰਨਾ ਕੁਝ ਹੋਣ ਦੇ ਬਾਵਜੂਦ ਅਸੀਂ ਅੱਜ ਸਿੱਖੀ ਵਿੱਚ ਪ੍ਰਪੱਕ ਸਿੱਖ ਢੂੰਡਣੇ ਹੋਣ ਮੁਸ਼ਕਿਲ ਬੜਾ ਹੈ। ਸਾਨੂੰ ਨੇ ਬਾਣੀ ਅੰਦਰ ਇੱਕ ਲਫ਼ਜ਼ ਕਹੇ, ਕਹਿਣ ਲੱਗੇ ਜਾ ਮੂੰ ਇੱਕ ਤਾਂ ਲੱਖ ਤੋਂ
ਕਹਿਣ ਲੱਗੇ, ਹੇ ਬ੍ਰਾਹਮਣ ਮੈਨੂੰ ਤੇਰੇ ਨਾਲ ਕੋਈ ਰੋਸ ਨਹੀਂ, ਵਿਰੋਧ ਵੀ ਨਹੀਂ। ਤੇਰਾ ਆਪਣਾ ਜੀਵਨ ਜੀਵਨ ਸ਼ੈਲੀ, ਮੇਰੀ ਆਪਣੀ ਜੀਵਨ ਸ਼ੈਲੀ, ਪਰ ਮੈਨੂੰ ਤੇਰੇ ਤੇ ਤਰਸ ਜ਼ਰੂਰ ਆਉਂਦਾ ਕਿਉਂਕਿ ਜੀਵਨ ਮੈਨੂੰ ਵੀ ਮਿਲਿਆ, ਤੈਨੂੰ ਵੀ ਮਿਲਿਆ। ਮੈਂ ਇੱਕ ਦਾ ਹੋ ਗਿਆ, ਤੂੰ ਦਰ ਦਰ ਤੇ ਭਟਕ ਰਿਹਾ। ਜਾ ਮੂੰ ਇੱਕ ਲੱਖ ਨੌਵਾਂ, ਇੱਕ ਲੱਖ ਨੇ 33 ਕਰੋੜ ਦੇਵਤਾ ਤੋਂ ਆਪਣਾ ਭਗਵਾਨ ਬਣਾ ਲਿਆ, ਇੱਕ ਦਾ ਨਹੀਂ ਬਣਿਆ। ਤੇ ਸਾਰਿਆਂ ਦਾ ਹੀ ਮੰਗਤਾ ਬਣਿਆ, ਜੁੱਤੀ ਪਿੰਨਣੇ ਦਰ ਪਿੱਤੜੇ। ਪਿੰਨਣੇ ਦਾ ਮਤਲਬ ਹੁੰਦਾ ਹੈ ਭਿੱਖ ਮੰਗਣੀ, ਪਿੰਨਣ ਜਾਣਾ। ਪੁਰਾਣੇ ਸਮੇਂ ਅੰਦਰ ਪੰਜਾਬ ਦੀ ਲਹਿੰਦੇ ਪੰਜਾਬ ਦੀ ਬੋਲੀ ਹੈ ਪਿੰਨਣਾ, ਮੰਗਤਾ ਬਣਨਾ। ਕਹਿਣ ਲੱਗੇ ਮੈਂ ਇੱਕ ਤਾਂ ਮੰਗਤਾ, ਤੂੰ ਪਤਾ ਹੀ ਨਹੀਂ ਲੱਖਾਂ ਦਾ ਕਰੋੜਾਂ ਦਾ ਹੀ ਮੰਗਤਾ ਬਣਿਆ ਫਿਰਨਾ, ਇੱਕ ਇੱਕ ਚੀਜ਼ ਵਾਸਤੇ ਇੱਕ ਇੱਕ ਦੇਵੀ ਦੇਵਤੇ ਦੇ ਦਰਵਾਜ਼ੇ ਤੇ ਜਾਣਾ। ਤੇ ਜਿਹਨੇ ਉਹ ਸਭ ਕੁਝ ਬਣਾਇਆ ਉਹਨੂੰ ਵਿਸਰ ਗਏ, ਉਹ ਇੱਕ ਹੈ। ਗੁਰਬਾਣੀ ਹੈ ਆਪਣੇ ਜ਼ਬਾਨੋਂ ਮੈਂ ਕੁਛ ਕਹਿੰਦਾ, ਜਾਮੂ ਤਾਂ ਲੱਖ ਤੋਂ ਜਿੱਤੀ ਪਿੰਨਣੇ ਦਰ ਕਿੱਤੜੇ। ਦੱਸ ਕਿੰਨੇ ਕੁ ਦਰਵਾਜ਼ੇ ਜਿਹਨਾਂ ਤੇ ਤੂੰ ਪਿੰਨ ਰਿਹਾ ਮੰਗਤਾ ਬਣਿਆ ਹੋਵੇ। ਬ੍ਰਾਹਮਣ ਅਗਲੇ ਪਾਸੇ ਲਵਾਜੇ, ਬ੍ਰਾਹਮਣ ਬਿਰਥਾ ਗਿਆ ਉਹ ਜਨਮ, ਜਨਮ ਬਿਰਥਾ ਚਲਾ ਗਿਆ, ਬ੍ਰਾਹਮਣ ਬਿਰਥਾ ਗਿਆ ਉਹ ਜਨਮ, ਕਿਉਂ ਜਿਨ ਕੀਤੋ ਸੋ ਵਿਸਰੇ। ਜਿਹਨੇ ਸਭ ਕੁਝ ਬਣਾਇਆ ਸੀ ਇਹਦਾ ਮਤਲਬ ਤੂੰ ਆਪਣੇ ਖਸਮ ਨੂੰ ਸਾਈ ਨੂੰ ਸਿਆਣ ਨਹੀਂ ਸਕਿਆ। ਗੱਲ ਤਾਂ ਸਿਆਣ ਕਿਹਾ, ਇਹ ਸ਼ਬਦ ਦਾ ਲਫ਼ਜ਼ ਸਾਰਾ ਜਿਹੜਾ ਕੇਂਦਰੀ ਲਫ਼ਜ਼ ਹੈ ਉਹ ਜਿੰਨੀ ਹੈ, ਉਹ ਹੈ ਜਿੰਨੀ ਸਿਝਾਤਾ ਸਾਈ ਰੱਤੇ ਸਹੀ। ਜੇ ਮੁੱਖ ਨਾ ਮੋੜੇ ਉਹਨਾਂ ਲਈ ਸ਼ਰਤ ਹੈ, ਮੈਂ ਉਹਨਾਂ ਨੂੰ ਰੰਗਿਆ ਹੋਇਆ ਤੇਰੇ ਰੰਗ ਵਿੱਚ ਸਮਝਾਂ ਜਿਹੜੇ ਇੱਕ ਵਾਰ ਤੇਰੇ ਵੱਲ ਮੂੰਹ ਕਰਨ ਤੇ ਮੁੜ ਪਿਛੜਾ ਨਾ ਪਰਤਣ, ਪਿਛੜਾ ਨਾ ਪਰਤਣ, ਕਿਸੇ ਦੀ ਸਲਾਹ ਨਾ ਲੈਣ। ਬਾਬਾ ਕਬੀਰ ਜੀ ਨੇ ਵੀ ਆਖ ਦਿੱਤਾ, ਕਿਸੇ ਦੀ ਸਲਾਹ ਨਾ ਲੈਣ। ਕਹਿਣ ਲੱਗੇ ਮੁੜ ਕਿਸੇ ਦੀ ਸਲਾਹ ਨਾ ਲੈਣ, ਰੱਤੇ ਸਹੀ ਜੇ ਮੁੱਖ ਨਾ ਮੋੜਨ। ਜਿੰਨੀ ਸਿਝਾਤਾ ਸਾਈ, ਪਰ ਉਹ ਹੀ ਇੰਨੇ ਮਜ਼ਬੂਤ ਹੋਣ ਜਿਹੜੇ ਤੈਨੂੰ ਪਛਾਣ ਲੈਣ। ਸਾਡਾ ਤਾਂ ਦੁਖਾਂਤ ਹੈ, ਅਸੀਂ ਆਪਣੇ ਗੁਰੂ ਨੂੰ ਪਛਾਣ ਵੀ ਨਹੀਂ ਸਕਦੇ ਪਏ, ਸਾਡਾ ਦੁਖਾਂਤ ਹੈ। ਜੇ ਅਸੀਂ ਗੁਰੂ ਨੂੰ ਪਛਾਣ ਲਿਆ ਹੁੰਦਾ, ਅਸੀਂ ਮੁੜ ਉਹਦੇ ਵੱਲੋਂ ਮੂੰਹ ਮੋੜ ਕੇ ਪਿੱਛੇ ਸਲਾਹਾਂ ਕਰਨ ਨਾ ਤੁਰਦੇ। ਅਮਰੀਕ ਸਿੰਘ ਜੀ ਗੱਲ ਕਹਿ ਰਹੇ ਸਨ, ਬੜੀ ਚੰਗੀ ਲੱਗੀ। ਕਹਿਣ ਲੱਗੇ ਜਦੋਂ ਗੁਰੂ ਦਸਮ ਪਾਤਸ਼ਾਹ ਜੀ ਨੇ ਅੰਮ੍ਰਿਤ ਦੀ ਦਾਤ ਝੋਲੀ ਪਾਈ, ਕਹਿਣ ਲੱਗੇ 80,000 ਦਾ ਇਕੱਠ ਕਹਿੰਦੇ ਨੇ,
ਤਹਿਸੀਲਦਾਰ ਦਾ ਰਿਕਾਰਡ ਲੱਗੇ ਉਹਨਾਂ ਵਿੱਚੋਂ ਕੇਵਲ ਪੰਜ ਹੀ ਨਿਕਲੇ ਹੈ ਪੰਜ ਹੀ ਨਿਕਲੇ ਧੰਨ ਉਹ ਪੰਜ ਕਮ ਸੇ ਕਮ ਉਹਨਾਂ ਇਹ ਤਾਂ ਨਹੀਂ ਨਾ ਆਖਿਆ ਸੀ ਕਰਦਿਆਂ ਨਾਲ ਸਲਾਹ ਕਰ ਰਹੀ ਹੈ ਹਜ਼ੂਰ ਐਵੇਂ ਨਹੀਂ ਤੂੰ ਸੀਸ ਪੇਟ ਕਰਦੇ ਉਹਨਾਂ ਨੇ ਇਹ ਵੀ ਨਹੀਂ ਆਖਿਆ ਸੀ ਘਰ ਵਾਲੀ ਕੋਲੋਂ ਪੁੱਛ ਆਈਏ ਉਹ ਵੀ ਨਾਲ ਨਹੀਂ ਸਨ ਦੱਸੋ ਜੇ ਭਾਈ ਦਇਆ ਸਿੰਘ ਦੇ ਨਾਲ ਉਹਦੀ ਪਤਨੀ ਸੀ ਨਾ ਉਹਨਾਂ ਇਹਨੇ ਇਹ ਆਖਿਆ ਵੀ ਅਸੀਂ ਸਲਾਹ ਕਰੀਏ ਕਿਸੇ ਕੋਲ ਪੁੱਛ ਲਈਏ ਕਰੀਏ ਕਿ ਨਾ ਕਰੀਏ ਕਿਉਂਕਿ ਗੱਲ ਤਾਂ ਗੁਰੂ ਦੀ ਹੈ ਹਾਂ ਗੁਰੂ ਛੱਡ ਕੇ ਕਿਸੇ ਹੋਰ ਦੀ ਗੱਲ ਹੋਵੇ ਬੇਸ਼ੱਕ 50 ਵਾਰ ਸਲਾਹ ਕਰੋ ਕਦੇ ਨਹੀਂ ਆਖਿਆ ਸਲਾਹ ਕਰਾਂਗੇ ਨਤੀਜਾ ਨਿਕਲਿਆ ਇਹੋ ਜਿਹੇ ਕੇਵਲ ਰੱਤੇ ਸਹੀ ਵਾਲੇ ਪੰਜ ਹੀ ਨਿਕਲੇ 80,000 ਜੋ ਪੰਜ ਨਿਕਲੇ ਜਿੰਨੀ ਸੰਜਾਤਾ ਸਾਹਿਬ ਜਿਨ੍ਹਾਂ ਨੇ ਆਪਣੇ ਗੁਰੂ ਨੂੰ ਪਛਾਣਿਆ ਹੁਣ ਇੱਕ ਲਫ਼ਜ਼ ਆਏ ਸਨ ਮੈਂ ਹੈਰਾਨ ਹੁੰਦਾ ਕਿੱਡੀ ਗਹਿਰਾਈ ਵਿੱਚ ਗਏ ਨੇ ਕਹਿਣ ਲੱਗੇ ਫਲ ਲਾਗੇ ਫਲਣ ਜਿਨ੍ਹਾਂ ਦੇ ਨਾਲ ਅੰਦਰ ਅੰਬਾਂ ਦੀ ਰੁੱਤ ਹੁੰਦੀ ਹੈ ਅੰਬਾਂ ਦੀ ਰੁੱਤ ਹੁੰਦੀ ਉਹਨਾਂ ਦੇ ਨਾਲ ਅੰਦਰ ਸਭ ਤੋਂ ਪਹਿਲਾਂ ਅੰਬਾਂ ਨੂੰ ਬੂਰ ਪੈਂਦਾ ਹੈ ਤੇ ਬੂਰ ਹੀ ਫਲ ਬਣਦਾ ਹੈ ਫੁੱਲ ਬਣਦਾ ਪਹਿਲਾਂ ਲੱਖਾਂ ਦੀ ਤਾਦਾਦ ਵਿੱਚ ਇੱਕ ਇੱਕ ਦਰਖਤ ਨਾਲ ਉਹ ਛੋਟੇ 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 ਫੁੱਲ ਪੈਦਾ ਹੋ ਜਾਂਦੇ ਨੇ ਲੱਖਾਂ ਦੀ ਤਾਦਾਦ ਵਿੱਚ ਪਰ ਕੀ ਸਾਰੇ ਫੁੱਲ ਫਲ ਬਣਦੇ ਦੱਸੋ ਸਾਡੇ ਸਾਹਮਣੇ ਸਾਰੇ ਫੁੱਲ ਫਲ ਬਣਦੇ ਕੋਈ 2 ਦਿਨ ਬਾਅਦ ਕੋਈ 10 ਦਿਨ ਬਾਅਦ ਜ਼ਰਾ ਕੁ ਝੋਲਾ ਹੁੰਦਾ ਹੈ ਤੇਜ਼ ਹਵਾ ਚੱਲਦੀ ਹੈ ਕੋਈ ਇੱਥੇ ਡਿੱਗ ਪਿਆ ਕੋਈ ਉੱਥੇ ਡਿੱਗ ਪਿਆ ਚੜ੍ਹਦੇ ਹੀ ਜਾਂਦੇ ਜੇ ਸਾਰੇ ਕਦੀ ਫਲ ਬਣ ਜਾਣ ਸੋਚੋ ਦੁਨੀਆਂ ਅੰਦਰ ਫਲ ਗਰੀਬ ਨੂੰ ਵੀ ਨਸੀਬ ਹੋ ਸਕੇ ਅੱਜ ਫਲ ਗਰੀਬ ਨੂੰ ਨਸੀਬ ਕਿਉਂ ਨਹੀਂ ਹੁੰਦਾ ਇਸ ਲਈ ਕਿਉਂਕਿ ਹਰ ਫੁੱਲ ਫਲ ਨਹੀਂ ਬਣਦਾ ਤੈਅ ਪੈਂਦਾ ਰਾਹ ਵਿੱਚ ਹੀ ਰਹਿ ਜਾਂਦਾ 2 ਕਦਮ ਚੱਲਦਾ ਫਿਰ ਸੋਚੀ ਪੈ ਜਾਂਦਾ ਅਗਾਂ ਚੱਲਣਾ ਕਿੰਨਾ ਚੱਲਣਾ ਗੁਰੂ ਨੇ ਪਾਣੀ ਅੰਦਰ ਐਗਜ਼ਾਮਪਲ ਦਿੱਤੀ ਕਹਿਣ ਲੱਗੇ ਫਲ ਲੱਗੇ ਫਲਣ ਜਿਵੇਂ ਫੁੱਲਾਂ ਤੋਂ ਫਲ ਵੀ ਬਣ ਗਏ ਚਲੋ ਬਣ ਲਓ ਪਰ ਫਲ ਬਣਨ ਤੋਂ ਬਾਅਦ ਵੀ ਫਿਰ ਅੰਧੇਰੀਆਂ ਆਉਂਦੀਆਂ ਨੇ ਕਈ ਕੱਚੇ ਹੀ ਫਲ ਡਿੱਗ ਪੈਂਦੇ ਨੇ ਅੰਬਾਂ ਦੇ ਦਰਖਤਾਂ ਥੱਲੇ ਕਿੰਨੇ ਕੁ ਕੱਚੇ ਫਲ ਡਿੱਗੇ ਹੁੰਦੇ ਨੇ ਫਿਰ ਉਹਨਾਂ ਵਿੱਚੋਂ ਪੱਕਦਾ ਕਿਹੜਾ ਹੈ ਕੋਈ ਭਾਗਾ ਭਾਗਾ
ਕੋਈ ਕਰਮ ਵਾਲਾ ਜਿਹੜਾ ਫਿਰ ਰਾਹ ਅਜੇ ਰੁਕਦਾ ਨਹੀਂ, ਪਿਛਾ ਮੁੜ ਕੇ ਨਹੀਂ ਦੇਖਦਾ। ਫੈਸਲਾ ਬਣੀ ਦਾ ਫਲ ਲੱਗ ਗਏ ਫਲਣ, ਪਾਕਣ ਲੱਗ ਗਏ ਆਂਬ, ਜਾਏ ਪਹੁੰਚੇ ਖਸਮ ਕੇ ਜੋ ਵੀ ਬੀਜ ਨਾ ਖਾਏ ਕਾਂਬ। ਫਿਰ ਜਦੋਂ ਪੱਕ ਜਾਂਦੇ ਨੇ ਨਾ ਅੰਬ, ਫਿਰ ਉਹਨੂੰ ਉਹਨਾਂ ਪੱਕੇ ਹੋਏ ਅੰਬਾਂ ਨੂੰ ਟੋਕਰੀ ਵਿੱਚ ਸਜਾ ਕੇ ਮਾਲਕ ਦੇ ਸਾਹਮਣੇ ਮਾਲੀ ਪੇਸ਼ ਕਰਦਾ ਹੈ। ਜਿਹੜੇ ਕੱਚੇ ਢਹਿ ਪੈਂਦੇ ਨੇ ਉਹਨਾਂ ਨੂੰ ਕੋਈ ਨਹੀਂ ਪੁੱਛਦਾ, ਜਿਹੜੇ ਫੁੱਲ ਢਹਿ ਜਾਂਦੇ ਨੇ ਉਹਨਾਂ ਨੂੰ ਕੋਈ ਨਹੀਂ ਪੁੱਛਦਾ, ਗਿਣਤੀ 'ਚ ਨਹੀਂ ਰਹਿੰਦੇ ਹੈ। ਜਿਹੜੇ ਪੱਕ ਜਾਂਦੇ ਨੇ ਉਹ ਪਹੁੰਚਦੇ ਨੇ ਗੁਰੂ ਨੇ ਸ਼ਬਦ ਵਿੱਚ ਵੀ ਇਹੋ ਗੱਲ ਆਖੀ। ਸਾਹਮਣੇ ਅੱਜ ਕੱਲ ਇਸ ਦਿਨਾਂ ਅੰਦਰ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਵੀ ਮਨਾ ਰਹੇ ਹਾਂ, ਉੱਥੇ ਕੀ ਹੈ ਇੰਨਾ ਭਿਆਨਕ ਸਮਾਂ? ਪੁੱਤਰ ਦਾ ਕਲੇਜਾ ਕੱਢ ਕੇ ਮੂੰਹ ਚ ਪਾਇਆ ਜਾ ਰਿਹਾ, ਇਸ ਤੋਂ ਜ਼ਿਆਦਾ ਉਖਰਾਈ ਤਾਂ ਨਹੀਂ ਨਾ ਆ ਸਕਦੀ ਸਾਡੇ ਤੇ। ਗੁਰੂ ਦੇ ਰਾਹ ਤੇ ਚੱਲਣ, ਉਹਦੇ ਸਾਹਮਣੇ ਵੀ ਗੁਰੂ ਦੇ ਰਾਹ ਤੇ ਚੱਲਣ ਦਾ ਉੱਥੋਂ ਮੂੰਹ ਮੁੜ ਜਾਂਦਾ, ਵਾਹਿਗੁਰੂ ਦਾ ਸਿੱਖ ਨਹੀਂ, ਬਸ ਸਭ ਕੁਝ ਬਚ ਜਾਂਦਾ। ਪਰ ਸੋਚੋ ਇਸ ਤੋਂ ਵੱਡੀ ਸ਼ਕਤੀ, ਇਸ ਤੋਂ ਵੱਡੀ ਪਰੇਸ਼ਾਨੀ ਜੀਵਨ ਵਿੱਚ ਆ ਸਕਦੀ ਹੈ ਜਿਹੜੀ ਬੰਦੇ ਬਹਾਦਰ ਤੇ ਆਈ? ਪੁੱਤਰ ਦਾ ਕਲੇਜਾ ਕੱਢ ਕੇ ਮੂੰਹ ਵਿੱਚ ਪਾਇਆ ਗਿਆ, ਅਜੇ ਵੀ ਮੰਨ ਜਾ ਕਿ ਤੂੰ ਸਿੱਖ ਨਹੀਂ, ਸਿੱਖ ਕਹਿੰਦਾ। ਸੋਚੋ ਜੇ ਸਿੱਖ ਲਫ਼ਜ਼ ਆਏਗਾ ਤਾਂ ਕਹਿੰਦਾ ਆਏਗਾ, ਗੁਰੂ ਦਾ ਹੀ ਆਏਗਾ। ਪੈਸਾ ਭਾਈ ਗੁਰਦਾਸ ਜੀ ਨੇ ਬੜੀ ਖੂਬਸੂਰਤ ਗੱਲ ਦਾ ਕਹਿ ਦਿੱਤੀ, ਕਹਿਣ ਲੱਗੇ ਇੱਕ ਗੁਰ ਇੱਕ ਸਿੱਖ ਹੈ, ਕਹਿਣ ਲੱਗੇ ਗੁਰੂ ਵੀ ਇੱਕੋ ਹੈ ਸਿੱਖ ਵੀ ਇੱਕੋ ਹੈ, ਸਿੱਖ ਦੀ ਵੀ ਬਹੁਤੀ ਕੁਆਲਿਟੀ ਨਹੀਂ ਹੁੰਦੀ। ਅੱਜ ਦਾ ਦੁਖਾਂਤ ਕੀ ਹੈ, ਸਿੱਖਾਂ ਦੀ ਬੜੀ ਵੱਡੀ ਲਿਸਟ ਬਣ ਗਈ। ਨਾਮ ਧਾਰੀ ਸਿੱਖ, ਅੰਡੀ ਧਾਰੀ ਸਿੱਖ ਹੈ, ਇਹ ਸਹਿਜ ਧਾਰੀ ਸਿੱਖ ਹੈ, ਇਹ ਪੀਂਗ ਸ਼ੇਪ ਸਿੱਖ, ਇਹ ਅੰਮ੍ਰਿਤ ਧਾਰੀ ਸਿੱਖ ਹੈ। ਫਿਰ ਆਹ ਉਹ ਫਿਰ ਵੱਖਰੀਆਂ ਵੱਖਰੀਆਂ ਸੰਪਰਦਾਵਾਂ ਨਾਲ ਜੁੜ ਗਏ, ਕਿੱਥੋਂ ਦਾ ਅੰਮ੍ਰਿਤ ਛਕਿਆ ਉੱਥੋਂ ਦਾ ਸਿੱਖ, ਕੁਆਲਿਟੀ ਬਹੁਤ, ਇੱਕ ਸਿੱਖ ਨਾ ਰਿਹਾ ਵੀ ਸਿੱਖ ਹੈ ਤੇ ਗੁਰੂ ਦਾ ਬਸ ਯਾਰ, ਤੇ ਸਿਰਫ ਇੰਨੀ ਸੀ ਮੈਂ ਵੀ ਗੁਰੂ ਵੀ ਇੱਕ ਹੈ ਸਿੱਖ ਵੀ ਇੱਕ ਹੈ, ਜਿਹੜਾ ਸਿੱਖ ਹੈ ਉਹ ਸਿੱਖ ਹੈ ਉਹ ਗੁਰੂ ਦਾ। ਤੇ ਜਿੱਥੇ ਬਹੁਤਿਆਂ ਦਾ ਮਸਲਾ ਆ ਜਾਏਗਾ ਉੱਥੇ ਹੀ ਸਿਆਣ ਖਤਮ ਹੋਵੇਗੀ, ਇੱਕ ਖਿਆਲ ਕਰਿਓ। ਜੇ ਹੋਵੇ ਹੀ ਇੱਕ ਤਾਂ ਸਿਆਣ ਨਾ ਕਿਨੂੰ, ਕਿਉਂਕਿ ਗੁਰੂ ਬਹੁਤੇ ਨੇ, ਇਸ ਲਈ ਸਾਡੀ ਸਿਆਣ ਖਤਮ ਹੋ ਗਈ। ਸੋਚੀ ਪੈ ਗਏ ਕਿਹੜੇ ਗੁਰੂ ਦੀ ਗੱਲ ਕਰਾਂ, ਕਿਹੜੇ ਗੁਰੂ ਨੂੰ ਛੱਡਾਂ, ਕਿਹੜੇ ਗੁਰੂ ਨੂੰ ਅਪਣਾਵਾਂ।
ਕਿਉਂਕਿ ਗੁਰੂ ਵੱਖ ਵੱਖ ਵੱਡੇ ਜ਼ਿਆਦਾ ਹੋਣ ਕਰਕੇ ਸਿੱਖ ਵੀ ਵੱਖ ਵੱਖ ਹੋ ਗਏ ਨੇ, ਉਹਦੇ ਨਾਲ ਨਤੀਜਾ ਇਹ ਹੈ ਸਿੱਖ ਸਿੱਖ ਕੋਲੋਂ ਡਰੀ ਜਾਂਦਾ। ਮੈਂ ਇਸ ਗੁਰੂ ਨੂੰ ਮੰਨਣਾ ਅਤੇ ਇਹਦੇ ਨਾਲ ਦੋਸਤੀ ਰਹਿ ਜਾਏਗੀ, ਜੇ ਮੈਂ ਇਸ ਗੁਰੂ ਨੂੰ ਛੱਡ ਦਿੱਤਾ ਤਾਂ ਮਾਤੇ ਦੀ ਮੇਰੀ ਦੋਸਤੀ ਟੁੱਟ ਜਾਣੀ, ਸਿੱਖ ਦੀ ਦੋਸਤੀ ਵੀ ਟੁੱਟ ਜਾਣੀ ਹੈ। ਤਾਂ ਇਹ ਉਹਦੇ ਮਨ 'ਚ ਇਹ ਖਿਆਲ ਹੈ, ਇਹ ਸਿੱਖ ਵੀ ਇੱਕ ਨਹੀਂ ਰਿਹਾ, ਗੁਰੂ ਵੀ ਇੱਕ ਨਹੀਂ ਰਿਹਾ। ਗੁਰੂ ਨੇ ਆਖਿਆ ਸੀ ਨਹੀਂ, ਭਾਈ ਸਾਹਿਬ ਨੇ ਆਖਿਆ ਸੀ ਨਹੀਂ, ਗੁਰੂ ਵੀ ਇੱਕ ਹੈ, ਸਿੱਖ ਵੀ ਇੱਕ ਹੈ। ਜੇ ਬਹੁਤੇ ਨੇ ਤਾਂ ਫਿਰ ਤੈਨੂੰ ਸਿਝਾਣਨ ਦੀ ਲੋੜ ਹੈ, ਜੇ ਤੇਰੀ ਸਿਝਾਣ ਚ ਜ਼ਰਾ ਕਮਜ਼ੋਰੀ ਆ ਗਈ, ਥਿੜਕ ਜਾਏਗਾ, ਪਿਛਾਂ ਪਰਤ ਆਏਗਾ, ਕਿਉਂਕਿ ਤੈਨੂੰ ਵਿਸ਼ਵਾਸ ਨਹੀਂ ਰਹਿਣਾ। ਇਹ ਤਾਂ ਗੁਰੂ ਹੋਵੇ ਤਾਂ ਵਿਸ਼ਵਾਸ ਹੋਵੇ, ਸਿਝਾਣਿਆ ਜਾਏ। ਕਹਿਣ ਲੱਗੇ ਜੇ ਬਹੁਤਿਆਂ ਵਿੱਚ ਸਿਝਾਣ ਨਾ ਰਹੀ ਤਾਂ ਫਿਰ ਝੜ ਝੜ ਪਵਨ ਦੇ ਕੱਚੇ ਬਿਲੇਗੇ, ਤੇਰੀ ਹਾਲਤ ਉਸ ਅੰਬ ਵਾਲੀ ਹੋਵੇਗੀ ਜਿਹੜਾ ਫੁੱਲਾਂ ਦੇ ਰੂਪ ਵਿੱਚ ਵੀ ਢਹਿ ਪਿਆ, ਕੱਚੇ ਅੰਬਾਂ ਦੇ ਰੂਪ ਵਿੱਚ ਵੀ ਢਹਿ ਪਿਆ, ਕੋਈ ਵੀ ਨਾ ਪਹੁੰਚ ਸਕਿਆ। ਉਹ ਕੋਈ ਕਰਮਾਂ ਅਤੇ ਭਾਗਾਂ ਵਾਲਾ ਹੈ ਜਿਹੜਾ ਪੱਕ ਕੇ ਪੱਕੇ ਇਰਾਦੇ ਨਾਲ, ਮਨ ਦੇ ਦ੍ਰਿੜਤਾ ਨਾਲ ਮਾਲਕ ਲਈ ਆਪਣੇ ਆਪ ਨੂੰ ਸਮਰਪਿਤ ਕਰ ਗਿਆ। ਜਾਇ ਪਹੁੰਚੇ ਕਸਮ ਕੇ ਜੋ ਬੀਚ ਨਾ ਖਾਈ ਕਾਂਬ, ਜਿਹੜਾ ਵਿੱਚ ਡੋਲਿਆ ਨਾ, ਕੰਬਣਾ ਕੀ ਹੁੰਦਾ ਡੋਲਣਾ, ਜਿਹੜਾ ਵਿੱਚ ਕੰਬੇ ਨਾ, ਅੰਦਰ ਕਮਜ਼ੋਰੀ ਨਾ ਆਵੇ। ਕਹਿਣ ਲੱਗੇ ਉਹ ਹੀ ਮਾਲਕ ਦੇ ਦਰ ਤੇ ਪੁੱਜਦਾ ਹੈ। ਸਰਜੂ ਨੇ ਆਖਿਆ ਫਿਰ ਉਹਦੀ ਅਵਸਥਾ ਇੰਨੀ ਦ੍ਰਿੜਤਾ ਵਾਲੀ ਹੋ ਜਾਂਦੀ, ਫਿਰ ਉਹ ਕਹਿੰਦਾ ਹੈ ਕਿ ਹੇ ਮੇਰੇ ਮਾਲਕ, ਧਨੀ ਵੀ ਹੋਣਾ ਪਾਠ ਪਟੰਬਰ ਭਾਈ ਸੇਤੀ ਜਾ ਲੈ, ਜੇ ਮਾਲਕ ਤੋਂ ਵੀ ਹੋਣਾ ਮੈਨੂੰ ਕੋਈ ਰੇਸ਼ਮ ਦੇ ਪਟੰਬਰ ਪਹਿਨਣ ਨੂੰ ਕੱਪੜੇ ਦੇ ਦੇਵੇ ਤੇ ਮੈਂ ਅਮੀਰ ਦੌਲਤਮੰਦ ਹੋ ਜਾਣਾ, ਤਾਂ ਮੈਂ ਉਹਨਾਂ ਮਾਲਕ ਤੋਂ ਟੁੱਟੇ ਹੋਏ ਇਰਾਦੇ ਨਾਲ ਜਿਹੜਾ ਸੁੱਖ ਮੈਨੂੰ ਮਿਲਣਾ ਮੈਂ ਉਹਨੂੰ ਅੱਗ ਵਿੱਚ ਜਲਾ ਦੇਣਾ ਭਾਈ ਸੇਤੀ ਜਾਲੇ। ਇਹ ਦ੍ਰਿੜਤਾ ਕੇਵਲ ਸੁਣਨ ਲਈ ਨਹੀਂ, ਇੱਕ ਦ੍ਰਿੜਤਾ ਕੇਵਲ ਅਰਥ ਕਰਕੇ ਸਮਝਣ ਲਈ ਵੀ ਨਹੀਂ। ਅੱਜ ਸਵੇਰੇ ਇੱਕ ਸਿੰਘ ਕਰ ਰਿਹਾ ਸੀ, ਬੜੇ ਸੋਹਣੇ ਲਫ਼ਜ਼ ਕਹਿੰਦਾ, ਗਿਆਨ ਇੱਕ ਸਮਝਣਾ ਹੈ, ਗਿਆਨ ਦਾ ਅਰਥ ਹੀ ਸਮਝਣਾ, ਪਰ ਗਿਆਨ ਆਪਣੇ ਆਪ ਵਿੱਚ ਕਮਾਈ ਨਹੀਂ, ਉਸ ਤੋਂ ਬਾਅਦ ਕਮਾਈ ਹੈ। ਸਮਝਣਾ ਹੋ ਚੀਜ਼, ਕਿਸੇ ਚੀਜ਼ ਨੂੰ ਸਮਝ ਲੈਣਾ। ਐਸਾ ਭਾਈ ਗੁਰਦਾਸ ਜੀ ਨੇ ਵੀ ਐਵੇਂ ਨਹੀਂ ਆਖਿਆ, ਪੁੱਛਤ ਪਥਕ ਤਹਿ ਮਾਰਗ ਨਾ ਧਰੇ ਪਾਗ। ਤੁਸੀਂ ਇੱਕ ਮੁਸਾਫਰ ਕੋਲੋਂ ਪੁੱਛਦੇ ਹੋ ਵੀ ਮੈਂ ਫਲਾਣੇ ਪਿੰਡ ਜਾਣਾ ਹੈ, ਉੱਧਰ ਰਾਹ ਕਿਹੜਾ ਜਾਂਦਾ ਹੈ, ਉਹ ਤੁਹਾਨੂੰ ਸਮਝਾ ਦਿੰਦਾ ਹੈ, ਸਮਝ ਲੈਂਦੇ ਹੋ। ਅੱਜ ਕੱਲ੍ਹ ਐਸੇ ਡਿਵਾਈਸ ਬਣ ਗਏ ਨੇ ਜਿਹਦੇ 'ਤੇ ਤੁਸੀਂ ਉਹ ਐਡਰੈਸ ਪਾਉਂਦੇ ਹੋ, ਸਾਰੀ ਸਾਰਾ ਮੈਪ ਵੀ ਅੱਗੇ ਆ ਜਾਂਦਾ। ਪਰ ਜੇ ਮੈਪ ਵੀ ਆ ਜਾਏ, ਜੇ ਅਸੀਂ ਸਮਝ ਵੀ ਲਈਏ, ਐਡਰੈਸ ਲਿਖ ਵੀ ਲਈਏ, ਤਾਂ ਉਹ ਸਮਝ ਲੈਣਾ ਗਿਆਨ ਹੈ, ਉਹ ਸਮਝ ਲੈਣਾ ਇੱਕ ਗਿਆਨ ਹੈ। ਗਿਆਨ ਤੋਂ ਅੱਗੇ ਵੀ ਕੁਝ ਹੈ। ਉਹ ਕਹਿੰਦਾ ਸਮਝਣ ਦਾ ਮਤਲਬ ਤਾਂ ਸਿਰਫ ਇਹ ਹੈ ਕਿ ਮੈਂ ਆਸਾਨੀ ਨਾਲ ਉੱਥੇ ਪਹੁੰਚ ਸਕਾਂ, ਸਮਝਣ ਦਾ ਮਤਲਬ ਮੰਜ਼ਿਲ ਨਹੀਂ, ਸਮਝਣ ਦਾ ਮਤਲਬ ਘਰ ਨਹੀਂ। ਘਰ ਜਾਣ ਲਈ ਤੇ ਤੁਹਾਨੂੰ
ਦ੍ਰਿੜਤਾ ਨਾਲ ਚਾਰ ਕਦਮ ਚੁੱਕਣੇ ਪੈਣਗੇ। ਜੇ ਚਾਰ ਕਦਮ ਚੁੱਕਣ ਦਾ ਇਰਾਦਾ ਤੁਹਾਡੇ ਕੋਲ ਦ੍ਰਿੜਤਾ ਵਿੱਚ ਨਾ ਆਇਆ, ਮੈਨੂੰ ਫਿਰ ਉਹ ਲਫ਼ਜ਼ ਯਾਦ ਆ ਗਿਆ, ਹੱਡ ਬੀਤੀ ਹੈ ਪਿਛਲੇ ਸਾਲ ਦੀ, ਭਾਈ ਅਮਰੀਕ ਸਿੰਘ ਨੂੰ ਨਾ ਲੈਣ ਦੀ ਕੋਈ ਪ੍ਰਚਾਰਕ ਨੇ, ਬੜੇ ਵਿਦਵਾਨ ਪ੍ਰਚਾਰਕ ਨੇ, ਮੇਰੇ ਵੀ ਬੜੇ ਮਿੱਤਰ ਨੇ, ਇਹ ਪਿਛਲੇ ਸਾਲ ਦੀ ਗੱਲ। ਇੰਡੀਆ ਹੁੰਦੇ ਨਾ ਮਿਲਣਾ, ਸਾਰਾ ਸਾਰ ਦਿਨ ਬੈਠੇ ਰਹਿਣਾ, ਵਿਚਾਰ ਕਰਦੇ, ਇੱਕ ਦਿਨ ਕਹਿਣ ਲੱਗੇ, ਕਹਿਣ ਲੱਗੇ ਸਰ ਮੈਂ ਆਪਣੇ ਮਨ ਦੀ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ, ਤੁਸੀਂ ਜਵਾਬ ਦਿਓ ਭਾਵੇਂ ਨਾ ਦਿਓ, ਤੁਹਾਡੀ ਮਰਜ਼ੀ। ਕਹਿਣ ਲੱਗੇ ਮੇਰੇ ਮਨ ਦਾ ਤੇ ਇਹ ਫੈਸਲਾ ਹੈ ਕਿ ਬਚਿੱਤਰ ਨਾਟਕ ਦੀ ਇੱਕ ਲਾਈਨ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਨਹੀਂ, ਉਹਨਾਂ ਦੇ ਲਫ਼ਜ਼ ਨੇ, ਉਹ ਵੀਰ ਮੌਜੂਦ ਨੇ, ਇੱਥੇ ਵੀ ਆਉਂਦੇ ਹੁੰਦੇ ਨੇ, ਸਾਲ ਵਿੱਚ ਇੱਕ ਚੱਕਰ ਲੱਗਦਾ ਉਹਨਾਂ ਦਾ। ਕਹਿਣ ਲੱਗੇ ਮੇਰੀ ਵਿਚਾਰ ਮੁਤਾਬਕ ਅਤੇ ਸਟੱਡੀ ਮੁਤਾਬਕ ਤਾਂ ਇੱਕ ਲਾਈਨ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਨਹੀਂ, ਅਤੇ ਨਾਲ ਆਪੇ ਹੀ ਜਵਾਬ ਵੀ ਦੇਣ ਲੱਗ ਪਏ। ਕਹਿਣ ਲੱਗੇ ਪਰ ਕਰਾਂ ਕਿ ਮੇਰੀਆਂ ਰੱਤਾਂ ਵਿੱਚ ਦਮ ਨਹੀਂ, ਇਹ ਉਹਨਾਂ ਦੇ ਲਫ਼ਜ਼ ਨੇ ਜਿਹੜੇ ਤਰ੍ਹਾਂ ਸਹਿਣਾ। ਕਹਿਣ ਲੱਗੇ ਮੈਨੂੰ ਵਿਸ਼ਵਾਸ ਹੈ, ਗਿਆਨ ਹੈ, ਪਤਾ ਹੈ ਕਿ ਇੱਕ ਵੀ ਲਾਈਨ ਗੁਰੂ ਦਸਮ ਪਾਤਸ਼ਾਹ ਦੀ ਨਹੀਂ, ਪਰ ਕੀ ਕਰਾਂ ਮੇਰੀਆਂ ਲੱਤਾਂ ਵਿੱਚ ਦਮ ਨਹੀਂ, ਮੈਂ ਕਹਿ ਨਹੀਂ ਸਕਦਾ, ਉੱਥੇ ਜਾ ਕੇ ਲੱਤਾਂ ਕੰਬ ਜਾਂਦੀਆਂ ਨੇ। ਹੁਣ ਸੋਚਿਓ ਇਹ ਲਫ਼ਜ਼ ਕੇ ਬੀਚ ਨਾ ਖਾਈ ਕਾਮ ਕਿਸ ਲਈ ਹੈ? ਜੇ ਆਦਮੀ ਨੂੰ ਸੱਚ ਦਾ ਪਤਾ ਹੋਵੇ ਤੇ ਸੱਚ ਨੂੰ ਗ੍ਰਹਿਣ ਨਾ ਕਰ ਸਕੇ, ਸੱਚ ਦਾ ਪਤਾ ਹੋਵੇ ਤੇ ਸੱਚ ਲਈ ਕਦਮ ਨਾ ਉਠਾ ਸਕੇ, ਤੇ ਉਸ ਸੱਚ ਦਾ ਪਤਾ ਹੋਣਾ ਹੀ ਮਹਾਨ ਕੀ ਗੱਲ ਹੈ? ਉਹ ਤਾਂ ਕਿਹਾ ਨਾ ਕਿ ਸੱਚ ਨੂੰ ਜਾਣ ਲੈਣਾ ਹੀ ਸਭ ਕੁਝ ਨਹੀਂ, ਇਹ ਖਿਆਲ ਕਰਿਓ ਸਤਿਗੁਰੂ ਨੇ ਬਾਣੀ ਵਿੱਚ ਫੈਸਲੇ ਦਿੱਤੇ ਨੇ, ਕਹਿੰਦੇ ਨੇ ਸੱਚ ਜਾਣਨਾ ਹੀ ਸਭ ਕੁਝ ਨਹੀਂ, ਸੱਚ ਤਾਂ ਪਰ ਜਾਣੀਏ ਜਾਂ ਹਿਰਦੇ ਸੱਚਾ ਹੋਏ, ਕੂੜ ਕੀ ਮਲ ਉਤਰੇ ਤਨ ਕਰੇ ਅੱਛਾ ਲਵੇ, ਫੈਸਲਾ ਬਾਣੀ ਦੇ। ਕਹਿਣ ਲੱਗੇ ਸੱਚ ਨੂੰ ਜਾਣ ਲੈਣਾ ਹੀ ਸਭ ਕੁਝ ਨਹੀਂ, ਉਸ ਸੱਚ ਨੂੰ ਜੀਵਨ ਵਿੱਚ ਧਾਰਨ ਕਰਨਾ ਅਗਲੀ ਗੱਲ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇੱਕ ਥਾਂ ਤੇ ਨਹੀਂ ਕਈ ਥਾਵਾਂ ਤੇ ਗੱਲ ਸਮਝਾਈ, ਕਹਿਣ ਲੱਗੇ ਸੱਚੋਂ ਓਰੇ ਸਭ ਕੋ, ਸਭ ਕੁਝ ਸੱਚ ਤੋਂ ਨੀਵਾਂ ਹੈ, ਸਭ ਕੁਝ ਸੱਚ ਤੋਂ ਨੀਵਾਂ ਹੈ, ਤੇ ਜੇ ਸੱਚ ਤੋਂ ਉੱਚੀ ਕੋਈ ਚੀਜ਼ ਹੈ ਉਹ ਹੈ ਉੱਪਰ ਸੱਚ ਆਚਾਰ ਆਚਰਨ, ਭਾਵ ਜੀਵਨ ਵਿੱਚ ਸੱਚ ਦਾ ਧਾਰਨ ਕਰਨਾ। ਸਹੀ ਖਿਆਲ ਕਰਿਓ ਬਾਣੀ ਸੱਚ ਹੈ, ਗਿਆਨ ਸੱਚ ਹੈ, ਪਰ ਗਿਆਨ ਜਿਹੜਾ ਹੈ ਆਪਣੀ ਥਾਵੇਂ ਮਹਾਨ ਹੈ। ਜਿਵੇਂ ਮੈਂ ਅਰਜ਼ ਕੀਤੀ ਸੀ ਅਸੀਂ ਰਾਹ ਤੇ ਪੁੱਛ ਲਿਆ, ਸਾਨੂੰ ਪਤਾ ਲੱਗ ਗਿਆ, ਗਿਆਨ ਹੋ ਗਿਆ ਕਿ ਇੰਨੇ ਮੀਲ ਤੇ ਇਹ ਸ਼ਹਿਰ ਹੈ, ਆਹ ਮੇਰਾ ਘਰ ਹੈ, ਆਹ ਮੇਰਾ ਜਿਸ ਨੰਬਰ ਤੇ ਮੈਂ ਜਾਣਾ ਹੈ, ਆਹ ਸਭ ਕੁਝ ਜਾਣ ਲਿਆ। ਗਿਆਨ ਬੜੀ ਚੰਗੀ ਗੱਲ ਹੈ, ਸਫ਼ਰ ਆਸਾਨ ਹੋ ਗਿਆ, ਪਰ ਕੀ ਉਹ ਗਿਆਨ ਸਾਡੀ ਮੰਜ਼ਿਲ ਤੱਕ ਬਣ ਜਾਏਗਾ? ਪੈਸਾ ਆਪਣੀ ਗੱਲ ਆਖੀ
ਕਹਿਣ ਲੱਗੇ ਪੁੱਛਤ ਹੈ ਪਥਕ ਤੇ ਮਾਰਗ ਨਾ ਧਰੇ ਪਗ ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੋ ਜਾਈਏ। ਗਿਆਨ ਦੀਆਂ ਗੱਲਾਂ ਕਰ ਲਈਆਂ, ਕਿਸੇ ਨੇ ਕਹਿ ਲਿਆ, ਕਿਸੇ ਨੇ ਸੁਣ ਲਿਆ, ਸੁਣਨ ਵਾਲਾ ਤੇ ਕਹਿਣ ਵਾਲਾ ਦੋਨੋਂ ਹੀ ਅਧਵਾਟੇ ਰਹਿ ਗਏ। ਮੰਜ਼ਿਲ ਵੱਲ ਪੈਰ ਨਾ ਧਰਿਆ, ਉੱਥੇ ਪੈਰ ਧਰਨ ਲੱਗਿਆ ਲੱਤਾਂ ਵਿੱਚ ਦਮ ਨਾ ਰਿਹਾ, ਕੰਮ ਪੈ ਗਿਆ, ਮੰਜ਼ਿਲ ਨਹੀਂ ਮਿਲੀ। ਇਹੋ ਗੱਲ ਸਾਨੂੰ ਨੇ ਬਾਣੀ ਦੇ ਸ਼ਬਦ ਵਿੱਚ ਆਖੀ, ਕਹਿਣ ਲੱਗੀ ਇਹੋ ਜਿਹੇ ਮਨੁੱਖ ਜਿਹਨਾਂ ਕੋਲ ਦ੍ਰਿੜਤਾ ਨਹੀਂ, ਕੱਚੇ ਰਹਿ ਜਾਂਦੇ ਨੇ, ਉਹ ਮਨੁੱਖ ਕੋਈ ਫੁੱਲ ਬਣ ਕੇ ਕਿਰ ਜਾਂਦੇ ਨੇ, ਕੋਈ ਫਲ ਬਣ ਕੇ ਪੱਕਣ ਤੋਂ ਪਹਿਲਾਂ ਕਿਰ ਜਾਂਦੇ ਨੇ। ਮਾਲਕ ਦੇ ਖਸਮ ਦੇ ਦਰ ਤੇ ਸਜਾ ਕੇ ਉਸੇ ਹੀ ਅੰਬ ਨੂੰ ਕੋਈ ਮਾਲੀ ਭੇਟ ਕਰਦਾ ਜਿਹੜਾ ਪੱਕ ਕੇ ਖੂਬਸੂਰਤ ਤਿਆਰ ਹੋ ਜਾਏ। ਕਹਿਣ ਲੱਗੇ ਫਲ ਲੱਗੇ ਫਲਣ, ਪੱਕਣ ਲੱਗੇ ਆਂਬ, ਜਾਇ ਪਹੁੰਚੇ ਖਸਮ ਕੇ ਜੋ ਬੀਜ ਨਾ ਖਾਈ ਕਾਂਬ, ਜਿਹੜੇ ਵਿੱਚ ਕੰਬ ਕੇ ਡਿੱਗੇ ਨਹੀਂ ਤੇ ਜਿਹੜੇ ਕੰਬ ਕੇ ਡਿੱਗ ਗਏ ਉਹਨਾਂ ਬਾਰੇ ਗੁਰੂ ਨੇ ਬਾਣੀ ਵਿੱਚ ਹੀ ਆਖ ਦਿੱਤਾ। ਜਾੜੇ ਜਾੜੇ ਚੜ ਜਾਂਦਾ ਹੈ, ਕਿਹੜਾ ਚੜ ਜਾਂਦਾ ਹੈ,
ਕਿਹੜਾ ਪੱਕਾ ਹੋ ਕੇ ਜੁੜਿਆ ਰਹਿੰਦਾ ਹੈ। ਸਵਾਲ ਤਾਂ ਸਿਰਫ ਇਹ ਹੈ, ਸੰਸਾਰ ਨਾਲ ਜੁੜਨਾ ਸੌਖਾ ਨਜ਼ਰ ਆਉਂਦਾ ਹੈ, ਉਹ ਨਾ ਨਾਰਾਜ਼ ਹੋ ਜਾਏ, ਉਹਦੀ ਮਰਜ਼ੀ ਪੁੱਛ ਲਾਂ, ਉਹਦੇ ਨਾਲ ਸਲਾਹ ਕਰ ਲਾਂ, ਪਰ ਗੁਰੂ ਨਾਲ ਜੁੜਨਾ ਔਖਾ ਨਜ਼ਰ ਆਉਂਦਾ ਹੈ। ਹਾਲਾਂਕਿ ਮੈਂ ਇਹ ਕਰਜ਼ ਕਰਾਂ, ਕਦੇ ਵੀ ਇਹ ਨਹੀਂ ਆਖਿਆ ਮੇਰੇ ਆਖੇ ਲੱਗੋ, ਜੋ ਮੈਂ ਕਹਿੰਦਾ ਇਹ ਮੰਨੋ, ਨਹੀਂ, ਹਮੇਸ਼ਾ ਕਹਿੰਦਾ ਗੁਰੂ ਦੇ ਬਣੋ, ਗੁਰੂ ਦੇ ਬਣੋ। ਇਹ ਹੁਣ ਫੈਸਲਾ ਤੁਸੀਂ ਕਰਨਾ, ਤੁਸੀਂ ਸੁਝਾਣ ਲਿਆ ਸਾਡਾ ਗੁਰੂ ਕਿਹੜਾ, ਅਤੇ ਜੇ ਸੁਝਾਣਿਆ ਹੀ ਨਹੀਂ ਤਾਂ ਫਿਰ ਬੇਸ਼ੱਕ ਅਜੇ ਨਾ ਬਣੋ, ਮੈਨੂੰ ਕੋਈ ਹਰਜ਼ ਨਹੀਂ। ਅਤੇ ਜੇ ਸੁਝਾਣ ਲਿਆ ਵੀ ਸਾਡਾ ਗੁਰੂ ਕਿਹੜਾ, ਫਿਰ ਬਣਨ ਲੱਗਿਆ ਦੇਰ ਨਾ ਕਰੋ, ਆਈ ਦੋ ਗੱਲਾਂ ਨੇ, ਕਿਉਂਕਿ ਜੀਵਨ ਨੇ ਬਹੁਤਾ ਸਮਾਂ ਚਾਂਸ ਨਹੀਂ ਦਿੱਤਾ, ਪਤਾ ਨਹੀਂ ਕਦੋਂ ਕਿੱਥੇ ਅਤੇ ਕਿਵੇਂ ਚਲਾ ਜਾਣਾ ਹੈ, ਕਿਵੇਂ ਚਲਾ ਜਾਣਾ ਕੋਈ ਪਤਾ ਹੀ ਨਹੀਂ ਹੁੰਦਾ। ਆਪਣੇ ਪੈਰ ਜੀ ਬੈਠੇ ਨੇ ਇਸ ਸਾਹਮਣੇ, ਕੁਝ ਸਾਲ ਪਹਿਲਾਂ ਪ੍ਰੋਗਰਾਮ ਬਣਿਆ ਅੰਮ੍ਰਿਤ ਛਕਣ ਦਾ, ਵੀਰ ਜੀ ਨੇ ਸਿੱਧੂ ਸਾਹਿਬ ਨੇ ਇਹ ਕਹਿ ਦਿੱਤਾ ਵੀ ਆਪਾਂ ਅਗਲੇ ਸਾਲ ਇਕੱਠੇ ਛਕਾਂਗੇ, ਪਤਾ ਇਕੱਠੇ ਛਕਾਂਗੇ। ਮੈਨੂੰ ਵੀ ਚੰਗੀ ਲੱਗੀ ਇਹ ਗੱਲ ਵੀ ਜੇ ਦੋਨੋਂ ਛਕਣਾ ਤਾਂ ਹੋਰ ਜ਼ਿਆਦਾ ਚੰਗੀ ਗੱਲ ਨਹੀਂ, ਪਰ ਸਮਾਂ ਨਾ ਬਣ ਸਕਿਆ। ਸੋ ਗੁਰੂ ਨੇ ਐਵੇਂ ਨਹੀਂ ਆਖ ਦਿੱਤਾ, ਨਾ ਬਿਲੰਬ ਧਰਮੰ ਬਿਲੰਬ ਪਾਪੰ, ਧਰਮ ਕਰਨ ਲੱਗੇ ਚੰਗੇ ਕੰਮ ਕਰਨ ਲਈ ਦੇਰ ਨਾ ਕਰ, ਪਤਾ ਨਹੀਂ ਕੋਈ ਵਿਗੜ ਨਾ ਪੈ ਜਾਵੇ। ਹਾਂ, ਕੋਈ ਗਲਤ ਕੰਮ ਹੋਵੇ, ਕੋਈ ਗੁਨਾਹ ਹੋਵੇ, ਕੋਈ ਕਤਲ ਕਰਨਾ ਹੋਵੇ, ਕੋਈ ਧੋਖਾ ਕਰਨਾ ਹੋਵੇ, ਕੋਈ ਪ੍ਰੇਮ ਕਰ, ਉੱਥੇ 50 ਵਾਰ ਸੋਚ ਭਲਾ ਬਚ ਜਾਈਏ। ਨਾ ਬਿਲੰਬ ਧਰਮੰ ਬਿਲੰਬ ਪਾਪੰ। ਸੋ ਗੁਰੂ ਬਖਸ਼ਿਸ਼ ਕਰੇ ਸਾਨੂੰ, ਗੁਰੂ ਦੀ ਸੁਝਾਣ ਵੀ ਆਵੇ ਅਤੇ ਜੁੜਨਾ ਵੀ ਆਵੇ। ਮੈਂ ਕਿਸੇ ਨੂੰ ਬਿਲਕੁਲ ਨਹੀਂ ਕਹਿੰਦਾ ਮੇਰੇ ਆਖੇ ਲੱਗ ਕੇ ਤੁਰੋ, ਹਾਂ ਗੁਰੂ ਦੀ ਸੁਝਾਣ ਅੱਜ ਨਹੀਂ, ਕੱਲ੍ਹ ਨਹੀਂ, ਪਰਸੋਂ ਜਦੋਂ ਆ ਜਾਏ ਚਲੋ ਕੋਈ ਹਰਜ਼ ਨਹੀਂ, ਅਜੇ ਨਹੀਂ ਆਈ ਤਾਂ ਕੋਸ਼ਿਸ਼ ਕਰੋ ਗੁਰੂ ਦੀ ਸੁਝਾਣ ਆ ਜਾਏ, ਕਿਉਂਕਿ ਸਮਾਂ ਤਾਂ ਲੱਗਦਾ ਹੈ ਨਾ, ਸਮਾਂ ਲੱਗਦਾ ਹੈ। ਸੋ ਗੁਰੂ ਬਖਸ਼ਿਸ਼ ਕਰੇ ਸਾਨੂੰ ਸੁਝਾਣ ਆ ਜਾਏ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚਿਖਾਂ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ, ਆਨੰਦ ਕਿਉਂ ਮੁਕਾ ਸਤਿਗੁਰ ਪ੍ਰਸਾਦ, ਆਨੰਦ ਭਇਆ ਮਿਟਾਏ ਸਤਿਗੁਰ ਪ੍ਰਪਾਏ, ਸਤਿਗੁਰ ਕਾ ਪਾਇ ਸਹਿਜ ਸਿਧੀ ਮਨ ਜੀਆ ਬਤਾਇਆ, ਪਰਵਾਰ ਪਰਿਆ ਸ਼ਬਦ ਗਵਣੇ ਆਇਆ, ਪ੍ਰਭੂ ਹਰਿ ਤੇਰਾ ਮਨ ਜੀ ਪ੍ਰਸਾਦ, ਕਹਿ ਨਾਨਕ ਆਨੰਦ ਹੋਆ ਸਤਿਗੁਰ ਮੈਂ ਪਾਇਆ।